पठानकोट के वार्ड नंबर 37 दे विच कच्चे क्वार्टर मोहल्ले विच राशन के टोकनां नूं लै के दो गुटां दे विच झड़प का मामला सामने आया, जिस दे विच वार्ड वासी ज्योति ने दस्सिया कि जदों राशन के टोकनां नूं लै के अपने वार्ड की महिला पूर्व पार्षद रेखा दे घर गई तो पहलां तां पूर्व पार्षद रेखा ने ज्योति दे नाल बदसलूकी की। जिदा ही मामला होर गरमाया तो पूर्व महिला पार्षद ने ज्योति नूं थप्पड़ मार दिता। उत्थे जदों इस गल की जानकारी ज्योति ने अपने परिवार नूं दित्ती तां उन्हां दे परिवार ने पूर्व महिला पार्षद के घर जाके इस गल बारे पुछया तां उन्होंने ज्योति पक्ष से हमला कर दिता, जिस दे विच ज्योति पक्ष के लोग गंभीर रूप में जख्मी हो गए और सिविल हस्पताल उन्होंने पठानकोट के भर्ती करवाया गया। उत्थे जदों पूर्व महिला पार्षद रेखा दे नाल गल की गई तो उन्होंने पति केवल कृष्ण ने दस्सिया कि वह पूरे मोहल्ले दे विच राशन वंडन दे लई टोकना दा वितरण कर रहे सन, टोकन उन्होंने को खत्म हो गए सन। उन्होंने कहा कि बाकी लोगों टोकन अगले दिन वंडे जाने सन, नाल ही जिस दे विच ज्योति का घर भी शामिल है, परंतु पुरानी रंजिश के चलते ज्योति पक्ष ने साडे ते हमला कर दिता। राशन की गल बात हुई पार्षद नाल कल तुहाडी जिहड़े तुसीं राशन लई गए सी कहण लई? गल बात जी कुछ नहीं हुई, असीं राशन लई पुछण गए आ। मैं कहा तुसीं पूरी गली विच टोकम दिता है, ते मैं कहा भाई साडा नहीं टोकम दिता, ते असीं पुछण लई गए आ ते उत्थे बोलण लग पए कहिंदी तुसीं साडे शरीक हो जे आ वो, तुसीं आ गए मूंह चुक के, तुहानूं नहीं असीं जाणदे, हानी हैगा ਹਾਨੀ ਹੈਗਾ ਰਾਸ਼ਨ ਰੂਸ਼ਨ ਕੁਛ ਵੀ। ਮੈਂ ਕਿਹਾ ਤੁਸੀਂ ਤਮੀਜ਼ ਨਾਲ ਗੱਲ ਕਰੋ ਥੋੜ੍ਹੀ, ਮੈਂ ਕਿਹਾ ਤੁਸੀਂ ਇੱਦਾਂ ਕਿਉਂ ਬੋਲੇ ਕਰਦੇ ਹੋ? ਅਤੇ ਉੱਥੋਂ ਦਾ ਹੀ ਉੱਠ ਕੇ ਥੱਪੜ ਮਾਰਿਆ ਮੇਰੇ ਇੰਨੇ ਜ਼ੋਰ ਦੀ, ਮੁੰਡਾ ਆ ਉਹ ਵੀ ਕੋਲੇ ਪੈ ਗਿਆ, ਅਤੇ ਫਿਰ ਮੈਂ ਘਰ ਆ ਕੇ ਕਿਹਾ ਕਿ ਮੇਰੇ ਕੋਲੇ ਪਿਆ ਇੱਦਾਂ ਪਿਆ ਆ, ਅਤੇ ਉਹ ਮੇਰੇ ਭਤੀਜੇ ਕਹਿੰਦੇ ਛੱਡ ਪਰੇ ਚਾਚੀ ਰਹਿਣ ਦੇ ਤੂੰ, ਕੋਈ ਗੱਲ ਨਹੀਂ। ਮੈਂ ਅਸੀਂ ਘਰ ਆ ਗਏ ਹਾਂ ਉੱਥੋਂ ਦਾ, ਜਿਸ ਲਈ ਆਪਾਂ ਦੁਬਾਰਾ ਗਏ ਹਾਂ, ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਉੱਥੋਂ ਇਹਨਾਂ ਨੇ ਇੱਟਾਂ ਉੱਟਾਂ ਮਾਰੀਆਂ ਕਿੰਨੀਆਂ, ਮੇਰੇ ਭਤੀਜੇ ਦਾ ਸਿਰ ਪਾੜ ਦਿੱਤੇ ਦਾ, ਸਾਰਿਆਂ ਨੂੰ ਯਾਨੀ ਕਿ ਮਾਰੇ ਦਾ ਇਹਨਾਂ ਨੇ, ਮੌਕੇ ਦੀ ਇੱਟ ਐਮਸੀ ਨੇ ਮਾਰੀ ਦੀ ਆ। ਤੇ ਕੀ ਕਾਰਨ ਹੈ ਕਿ ਤੁਹਾਨੂੰ ਰਾਸ਼ਨ ਜਿਹੜਾ ਟੋਕਨ ਨਹੀਂ ਦਿੱਤਾ ਗਿਆ ਉਹਦੇ ਵੱਲੋਂ? ਪਤਾ ਨਹੀਂ ਕਿਸ ਚੀਜ਼ ਦੀ ਰੰਜਸ ਉਹਨਾਂ ਦੀ ਕੀ ਆ ਕੀ ਨਹੀਂ। ਮੇਰੀ ਦਰਾਣੀ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੀ ਦੀ ਆ ਨਾ, ਪਤਾ ਨਹੀਂ ਉਹ ਰੰਜਸ ਲਈ ਉਹਨਾਂ ਨੇ ਕੀ ਕੀਤਾ ਆ, ਸਾਨੂੰ ਆਪੇ ਨਹੀਂ ਪਤਾ ਲੱਗਾ ਕੀ ਕਰਦੇ ਆ। ਤੇ ਬਾਕੀ ਪੂਰੇ ਵਾਰਡ 'ਚ ਵੰਡਦਾ ਗਿਆ ਰਾਸ਼ਨ? ਹਾਂਜੀ ਸਾਰਿਆਂ ਨੂੰ ਦਿੱਤਾ, ਉਹਦੀ ਗਲੀ 'ਚ ਟੋਕਮ ਦੇ ਦਿੱਤੇ ਆ ਇਹਨਾਂ ਨੇ। ਇਸ ਚੀਜ਼ ਦੀ ਕੋਈ ਕੰਪਲੇਂਟ ਵਗੈਰਾ ਕਰਾਈ ਤੁਸੀਂ ਤੁਹਾਨੂੰ? ਗਏ ਹੀ ਅਸੀਂ ਹਾਂਜੀ, ਤੇ ਇਹਨਾਂ ਨੇ ਇਹੀ ਧਮਕੀ ਦਿੱਤੀ ਆ ਕਿ ਜਿਹੜੀ ਰਾਜੀ ਮਹੰਤ ਹੈ ਉਹਨੇ ਕਿਹਾ ਆ ਕਿ ਤੁਹਾਡਾ ਮਸਲਾ ਨਹੀਂ ਹੱਲ ਹੋਣਾ, ਜੇ ਹੈ ਉਹ ਧਮਕੀਆਂ ਦੇ ਕਰਦਾ ਸਾਨੂੰ ਉਹਦੀਆਂ, ਮਗਰ ਸਾਨੂੰ ਪਤਾ ਹੈ ਕਿ ਉਹ ਇੱਦਾਂ ਦੇ ਬੰਦੇ ਹਨ ਨਹੀਂ ਹੈਗੇ, ਉਹ ਨਹੀਂ ਇੱਦਾਂ ਦਾ ਕੰਮ ਕਰ ਸਕਦੇ, ਮਗਰ ਇਹ ਸਾਨੂੰ ਵਾਰ ਵਾਰ ਧਮਕੀਆਂ ਆਉਂਦੀਆਂ ਦੇ ਕਰਦਾ, ਫਿਰ MLA ਲੈ ਕੇ ਇਹ ਕਰਦਾ ਕਿ ਤੁਸੀਂ ਜੋ ਮਰਜ਼ੀ ਕਰ ਲਓ ਕੁਛ ਨਹੀਂ ਕਰ ਸਕਦੇ ਸਾਡਾ। ਤੇ ਹੁਣ ਕੀ ਮੰਗ ਕੀ ਕਰਦੇ ਤੁਸੀਂ? ਅਸੀਂ ਮੰਗ ਇਹੀ ਕਰਨੀ ਆ, ਸਾਨੂੰ ਇਨਸਾਫ਼ ਚਾਹੀਦਾ ਔਰ ਕੁਛ ਨਹੀਂ ਚਾਹੀਦਾ, ਇਨਸਾਫ਼ ਚਾਹੀਦਾ। ਜਿਹੜਾ ਮੁੰਡੇ ਦਾ ਨਾ ਖੂਨ ਵਗੇ ਦਾ, ਇੰਨੀ ਮਾਰ ਕਟਾਈ ਕੀਤੀ ਦੀ ਆ ਮੁੰਡੇ ਦੀ, ਇਨਸਾਫ਼ ਚਾਹੀਦਾ ਔਰ ਸਾਨੂੰ ਕੁਛ ਨਹੀਂ ਚਾਹੀਦਾ। ਮੈਂ ਸਰ ਗੇਰਾ ਸੀ, ਮੈਂ ਡਾਕਟਰ ਦੇ ਚੈੱਕ ਕਰਾਉਣ, ਮੇਰਾ ਮਤਲਬ BP ਬੜਾ ਹਾਈ ਹੋਏ ਦਾ ਸੀ, ਅਤੇ ਉੱਥੋਂ ਅਸੀਂ ਘਰ ਆਏ ਹਾਂ, ਮੈਨੂੰ ਫੋਨ ਗਿਆ ਘਰੋਂ ਕਿ ਸਾਡੇ ਘਰ ਜਿਹੜਾ ਹਮਲਾ ਕਰਨ ਕੋਈ ਆ ਰਿਹਾ, ਅਤੇ ਉਹ ਕੁੜੀ ਹੈ ਇੱਕ ਜਿਹੜੀ ਮੇਰੇ ਬਰਕਰਾਰ ਇਲੈਕਸ਼ਨ ਲੜੀ ਸੀ, ਉਹਦੇ ਦੇਰ ਜੇਠ ਆਣਗੇ ਸਾਡੇ, ਮੈਂ ਆਇਆ ਹੀ ਹਾਂ ਤਾਂ ਮੇਰੇ ਸਿੱਧੇ ਕੋਲ ਹੀ ਪੈ ਗਏ ਨਾ, ਇੱਟਾਂ ਚੁੱਕ ਕੇ ਸਾਨੂੰ ਮਾਰੀਆਂ ਨਾ, ਅਤੇ ਸਾਨੂੰ ਬੜਾ ਮਾਰਿਆ, ਮੇਰੇ ਬੱਚਿਆਂ ਨੂੰ ਬੜਾ ਮਾਰ ਕੇ ਗਏ ਆ ਘਰ, ਅਤੇ ਮੈਨੂੰ ਵੀ ਬੜਾ ਮਾਰ ਕੇ ਗਏ। ਕੀ ਕਾਰਨ ਹੈ ਭਾਜੀ ਜਿਹੜੇ ਮਾਰਕੀਟ ਕੀਤੀ ਉਹਨਾਂ ਨੇ ਤੁਹਾਡਾ? ਟੋਕਨ ਨਹੀਂ, ਰਾਸ਼ਨ ਦੇ ਥੋਏ, ਰਾਸ਼ਨ ਦੇ ਟੋਕਨ ਅਸੀਂ ਵੰਡੇ ਕਰਨੇ ਆ, ਅਤੇ ਉਹ ਰਾਸ਼ਨ ਦੇ ਟੋਕਨ ਤਕਰੀਬਨ ਖਤਮ ਹੋ ਗਏ ਆ, ਅਤੇ ਉਹ ਅਸੀਂ ਕੱਲ੍ਹ ਦੁਬਾਰਾ ਵੰਡਨੇ ਹੈ, ਲੇਕਿਨ ਉਹ ਕਹਿੰਦੇ ਵੀ ਸਾਨੂੰ ਕਿਉਂ ਨਹੀਂ ਟੋਕਨ ਦਿੱਤੇ। ਅਤੇ ਇਸ ਸੰਬੰਧ 'ਚ ਕੋਈ ਸ਼ਿਕਾਇਤ ਵਾਰ ਇੱਥੇ ਥਾਣੇ ਤੱਕ? ਆਹੋ ਚੱਲੇ ਹਾਂ ਅਸੀਂ। ਪਠਾਨਕੋਟ ਤੋਂ ਕੈਮਰਾਮੈਨ ਅਭਿਸ਼ੇਕ ਭਾਰਦਵਾਜ ਦੇ ਨਾਲ ਅਜੇ ਸੈਨ ਦੀ ਰਿਪੋਰਟ।